ਅੰਮ੍ਰਿਤਸਰ ਦੇ ਇਲਾਕਾ ਬੋੜੋ ਪਿੰਡ ਦੇ ਨਜ਼ਦੀਕ ਦਰਗਾਹ ਵਿਖੇ ਬਾਬਾ ਮਹਿੰਗੇ ਸ਼ਾਹ ਜੀ ਦੀ ਰੁਖਸਤੀ ਦੌਰਾਨ 40ਵੀਂ ਰਸਮ ਅਦਾ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਜਨਾਬ ਪੀਰ ਦਿਲਦਾਰ ਸ਼ਾਹ ਜੀ ਕਾਦਰੀ, ਬਾਬਾ ਮਲਕੀਰ ਨਾਥ ਜੀ, ਸੰਤ ਰਾਮ ਤੀਰਥ ਵਾਲੇ ਬਾਬਾ ਹੀਰੋ ਸ਼ਾਹ ਜੀ ਅਤੇ ਹੋਰ ਸੰਤ ਸਮਾਜ ਸ਼ਾਮਿਲ ਹੋਏ, ਜਿਨ੍ਹਾਂ ਨੇ ਬਾਬਾ ਮਹਿੰਗੇ ਸ਼ਾਹ ਜੀ ਦੇ ਸਪੁੱਤਰ ਬਾਬਾ ਤਾਲਿਬ ਸ਼ਾਹ ਜੀ ਦੀ ਪਗੜੀ ਦੀ ਰਸਮ ਅਦਾ ਕੀਤੀ ਗਈ ਅਤੇ ਇਹਨਾਂ ਦੇ ਨਾਲ ਪੀਰ ਨਜ਼ਾਕਤ ਅਲੀ ਕਾਦਰੀ, ਪੀਰ ਸ਼ਫਾਕਤ ਅਲੀ ਕਾਦਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਬਾਬਾ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਚੱਲਦਾ ਰਿਹਾ। ਇਨਸ਼ਾਅੱਲਾ ਹਜ਼ੂਰ ਦੀ ਰਹਿਮਤ ਦਾ ਸਦਕਾ ਜਨਾਬ ਪੀਰਾਂ ਦੇ ਪੀਰ ਜਨਾਬ ਦਸਤਗੀਰ ਸਦਕਾ ਪੰਚਨ ਪਾਕ ਨਾਚੀ ਦਾ ਨਾਮ ਹੈ ਪੀਰ ਦਿਲਦਾਰ ਸ਼ਾਹ ਕਾਦਰੀ ਦਰਬਾਰ ਚੌਹਾਨ ਸ਼ਰੀਫ ਡਿਸਟ੍ਰਿਕਟ ਅੰਮ੍ਰਿਤਸਰ। ਅੱਜ ਸਾਡੇ ਖਿਦਮਤਗਾਰ ਸੇਵਾਦਾਰ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਖਿਦਮਤਗਾਰ, ਬਾਬਾ ਮਹਿੰਗੇ ਸ਼ਾਹ ਜੀ ਜੋ ਸਾਡੇ ਖਿਦਮਤਗਾਰ ਸੀ, ਵਾਲਦ ਸਾਹਿਬ ਦੇ ਪੀਰਾ ਵਾਲੀ ਸ਼ਾਹ ਸਰਕਾਰ ਉਹਨਾਂ ਦੇ ਪੀਰੋਂ ਮੁਰਸ਼ਦ ਸੀ, ਉਹ ਇਸ ਦੁਨੀਆ ਫਾਨੀ ਤੋਂ 22 ਤਰੀਕ ਨੂੰ ਹੱਕ ਹੋ ਗਏ, ਯਾਨੀ ਕਿ ਦੁਨੀਆ ਫਾਨੀ ਤੋਂ ਰੁਖਸਤ ਹੋ ਗਈ। ਅੱਜ ਉਹਨਾਂ ਦਾ 40ਵਾਂ ਸ਼ਰੀਫ ਹੈ ਜਿਹੜਾ ਉਹ ਮਨਾਇਆ ਗਿਆ, ਜੋ ਇਸ ਸ਼ਰ੍ਹਾਂ ਦੇ ਅਨੁਸਾਰ ਬਜ਼ੁਰਗਾਂ ਸ਼ੁਰੂ ਤੋਂ ਚੱਲੇ ਆ ਰਿਹਾ ਕਿ ਇੱਕ 40 ਦੀ ਰਸਮ ਹੁੰਦੀ ਹੈ, ਜਿਸ ਤਰ੍ਹਾਂ 10ਵੇਂ ਦੀ ਰਸਮ ਹੁੰਦੀ ਹੈ, ਇਸ ਤਰ੍ਹਾਂ 40 ਦੀ ਇੱਕ ਰਸਮ ਹੁੰਦੀ ਹੈ ਕਿ ਆਖੀਰਲਾ ਜਿਹੜਾ ਉਹਨਾਂ ਦੇ ਹੱਕ ਅੰਦਰ ਦੁਆਰ ਦਾਸ ਬੇਨਤੀ ਕੀਤੀ ਜਾਂਦੀ, ਉਹ 40 ਸ਼ਰੀਫ ਦੀ ਰਸਮ ਅੱਜ ਅਦਾ ਕੀਤੀ ਗਈ। ਹਾਂਜੀ, ਅੱਜ ਉਹਨਾਂ ਦੇ ਉੱਤਰਾਵਾਸੀ ਕੌਣ ਨੇ ਅੱਗੋਂ ਜਿਹੜੇ ਅੱਗੇ ਉਹਨਾਂ ਦੇ ਉੱਤਰਾਧਿਕਾਰੀ ਜਿਹੜੇ ਹੈ, ਸ਼ਿਸ਼ ਹੈ ਉਹਨਾਂ ਦੇ, ਮੇਰੇ ਖਾਦਮ, ਮੈਂ ਪੀਰ ਦਿਲਦਾਰ ਸ਼ਾਹ ਕਾਦਰੀ, ਮੇਰੇ ਖਿਦਮਤਗਾਰ ਬਾਬਾ ਮਹਿੰਗੇ ਸ਼ਾਹ ਦੇ ਸਪੁੱਤਰ ਬਾਬਾ ਤਾਲਿਬ ਸ਼ਾਹ ਜੀ, ਉਹਨਾਂ ਨੂੰ ਅੱਜ ਪਗੜੀ ਦੀ ਰਸਮ ਕੀਤੀ ਗਈ ਆ, ਜਿਹੜੀ ਹਰ ਫਿਰਕੇ, ਹਰ ਮਤ, ਹਿੰਦੂ ਜਾਂ ਸਿੱਖ ਮਤ, ਕਿਸੇ ਵੀ ਫਿਰਕੇ ਦੇ ਵਿੱਚ ਇਹ ਰਸਮ ਜਿਹੜੀ ਨਿਭਾਈ ਜਾਂਦੀ ਹੈ। ਜਿਸ ਤਰ੍ਹਾਂ ਹਜ਼ੂਰ ਜਨਾਬ ਨੇ ਫਰਮਾਇਆ, ਗੋਬਿੰਦ ਸਿੰਘ ਜਨਾਬ ਨੇ ਫਰਮਾਇਆ, ਕੋਈ ਭਇਓ ਮੁੰਡੀਆ, ਕੋਈ ਸੰਨਿਆਸੀ ਭਇਓ, ਕੋਈ ਜੋਗੀ ਭਇਓ, ਕੋਈ ਬ੍ਰਹਮਚਾਰੀ, ਕੋਈ ਜਤੀ ਅਨਮਾਨਵੋ, ਹਿੰਦੂ ਔਰ ਤੁਰਕ, ਕੋਈ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ, ਕਰਤਾ ਕਰੀਮ ਸੋਈ ਰਾਜ ਕਰ ਰਹੀਮ ਹੋਈ, ਦੂਸਰੋ ਨਾ ਭੇਦ ਕੋਈ ਭਰਮ ਫੂਲ ਮਾਨੀਓ, ਏਕ ਹੀ ਕੇ ਗੁਰਦੇਵ, ਏਕ ਹੀ ਕੇ ਸੇਵ, ਏਕ ਹੀ ਸਰੂਪ ਸਭੇ ਇੱਕ ਜੋਤ ਜਾਣਵੋ, ਡੇਰਾ ਏ ਮਸੀਤ ਸੋਈ ਪੂਜਾ ਏ ਨਮਾਜ਼ ਹੋਈ। ਉਸ ਪਰੰਪਰਾ ਦੇ ਅਨੁਸਾਰ ਅੱਜ ਇਹ ਬੱਚੇ ਨੂੰ ਜਿਹੜਾ ਕਿ ਤਕੱਲਸ ਮਿਲ ਗਿਆ ਕਿ ਬਾਬਾ ਤਾਲਿਬ ਸ਼ਾਹ ਜੀ ਇਸ ਦਰਬਾਰ ਦੇ ਉਹ ਸ਼ਹਿਜ਼ਾਦਾ ਨਸ਼ੀਨ, ਗੱਦੀ ਨਸ਼ੀਨ, ਖਿਦਮਤਗਾਰ ਅੱਜ ਉਹ ਥਾਪੇ ਗਏ, ਜਿਨ੍ਹਾਂ ਦੇ ਵਿੱਚ ਰਾਮ ਤੀਰਥਾਂ ਦੇ ਬਜ਼ੁਰਗ ਬਾਬਾ ਮਲਕੀਨ ਨਾਥ ਜੀ, ਹੋਰ ਸਿਲਸਿਲੇ ਦੇ ਬਜ਼ੁਰਗ ਬਾਬਾ ਹੀਰੋ ਸ਼ਾਹ ਜੀ, ਗੁਰਧੀਰ ਸ਼ਾਹ ਜੀ, ਮੇਰੇ ਸਾਹਿਬਜ਼ਾਦੇ ਪੀਰ ਨਜ਼ਾਕਤ ਅਲੀ ਸ਼ਾਹ ਜੀ, ਪੀਰ ਸ਼ਫਾਕਤ ਅਲੀ ਸ਼ਾਹ ਜੀ, ਤਮਾਮ ਸਮੂਹ ਸੰਗਤ ਕਰੋਨਾ ਨੂੰ ਮੱਤੇ ਨਜ਼ਰ ਰੱਖਦੇ ਹੋਏ ਬੜੇ ਹੀ ਤਰੀਕੇ ਦੇ ਨਾਲ, ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਬੜੇ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ, ਬੜੇ ਹੀ ਥੋੜ੍ਹੇ ਸਮੇਂ ਦੇ ਵਿੱਚ, ਬੜੀ ਹੀ ਥੋੜ੍ਹੀ ਸੰਗਤ ਦੇ ਵਿੱਚ ਇਸ ਬੱਚੇ ਨੂੰ ਅੱਜ ਪਗੜੀ ਦੀ ਰਸਮ ਜਿਹੜੀ ਉਹ ਅਦਾ ਕੀਤੀ। ਮੇਰੇ ਫਾਦਰ ਸਾਹਿਬ ਜੋ ਦਰਬਾਰ ਦੀ ਸੇਵਾ ਕਰਦੇ ਸਨ, ਇਸ ਕਰਕੇ ਦੁਨੀਆਂ ਤੋਂ ਵਿਦਾ ਹੋ ਚੁੱਕੇ, ਉਹਨਾਂ ਦਾ ਜੋ ਸਿਲਸਿਲਾ ਉਹ ਮੈਨੂੰ ਸੌਂਪਿਆ ਗਿਆ, ਉਸੇ ਤਰ੍ਹਾਂ ਹੀ ਜੋ ਸੇਵਾ ਕਰਦੇ ਉਹੀ ਉਸੇ ਤਰੀਕੇ ਨਾਲ ਸੇਵਾ ਕਰਾਂਗੇ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ, ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਬਸੇ ਪਹਿਲੇ ਦੇਖਨੇ ਕੇ ਲੀਏ।